ਪੰਜਾਬੀਆਂ ਦੀ ਆਵਾਜ਼ ਰੇਡੀਓ ਜੀ ਪੰਜਾਬ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਾਹੀ ਆਲੂ ਵਾਲੀਆ ਦੀ ਸਤਿ ਸ਼੍ਰੀ ਅਕਾਲ। ਪਿਆਰੇ ਸਰੋਤਿਓ, ਜਿਵੇਂ ਤੁਹਾਨੂੰ ਪਤਾ ਹੈ, ਰੇਡੀਓ ਜੀ ਪੰਜਾਬ ਦੀ ਟੀਮ ਨੇ ਪਿਛਲੇ ਹਫ਼ਤੇ ਤੁਹਾਡੇ ਸਾਹਮਣੇ ਇੱਕ ਨਵਾਂ ਪ੍ਰੋਗਰਾਮ ਪੇਸ਼ ਕਰਿਆ ਸੀਗਾ, ਜਿਸ ਦੀ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ, ਪੰਜਾਬੀਆਂ ਨੂੰ, ਸਾਡੀ ਕਮਿਊਨਿਟੀ ਨੂੰ ਬਹੁਤ ਲੋੜ ਹੈ। ਜਿਵੇਂ ਸਾਨੂੰ ਪਤਾ ਹੈ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿੱਥੇ ਕੰਮ ਦਾ ਸਟ੍ਰੈਸ ਤਾਂ ਹੈ, ਇਮੋਸ਼ਨਲ ਈਟਿੰਗ ਵੀ ਬਹੁਤ ਹੈ, ਭਾਵੇਂ ਬਾਹਰ ਖਾਣ ਦੀ ਆਦਤ ਕਹਿ ਲਓ ਜਾਂ ਪ੍ਰੋਸੈਸਡ ਫੂਡਸ ਨਾਲ ਲਗਾਓ ਕਹਿ ਲਓ ਜਾਂ ਫਿਰ ਟਾਈਮ ਨਾ ਮਿਲਣਾ ਕਹਿ ਲਓ ਘਰ ਬਣਾਉਣ ਦਾ, ਸੋ ਓਬੈਸਟੀ, ਮੋਟਾਪਾ ਇੱਕ ਬਹੁਤ ਹੀ ਭਿਅੰਕਰ ਬਿਮਾਰੀ ਦਾ ਰੂਪ ਧਾਰਨ ਕਰ ਰਹੀ ਹੈ, ਜਿਸ ਨੂੰ ਬਹੁਤੇ ਲੋਕ ਤਾਂ ਬਿਮਾਰੀ ਮੰਨਦੇ ਹੀ ਨਹੀਂ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਫਿਟਨੈਸ ਫਰਾਈਡੇ ਨਾਮ ਦਾ ਇੱਕ ਪ੍ਰੋਗਰਾਮ ਸ਼ੁਰੂ ਕਰਿਆ, ਜਿਸ ਦੇ ਨਾਲ ਸਾਡੇ ਫਿਟਨੈਸ ਐਕਸਪਰਟ ਆਸ਼ੀਸ਼ ਮਹਾਜਨ ਜੀ ਸਾਡੇ ਨਾਲ ਜੁੜਦੇ ਨੇ ਟੋਰੋਂਟੋ ਤੋਂ। ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ, ਆਸ਼ੀਸ਼ ਮਹਾਜਨ ਜੀ ਟੋਰੋਂਟੋ ਵਿੱਚ ਸੋਸ਼ਲ ਮੀਡੀਆ ਮੈਨੇਜਰ ਨੇ ਯੂਟਿਊਬ ਦੇ, ਅਤੇ ਉਹ ਇੰਡੀਆ ਦਾ, ਜਦੋਂ ਇੰਡੀਆ 'ਚ ਹੁੰਦੇ ਸੀਗੇ ਤਾਂ ਉਹਨਾਂ ਦਾ ਇੱਕ ਚੈਨਲ ਸੀ, ਉਹ ਆਪਣੇ ਬ੍ਰਦਰ ਨਾਲ, ਅਭਿਨਵ ਮਹਾਜਨ ਉਹਨਾਂ ਦੇ ਬ੍ਰਦਰ ਨੇ, ਸੋ ਅਭਿਨਵ ਮਹਾਜਨ ਫਿਟਨੈਸ ਜਿਹੜਾ ਉਹਨਾਂ ਦਾ ਯੂਟਿਊਬ ਚੈਨਲ ਸੀਗਾ, ਉਹ ਇੰਡੀਆ ਦੇ ਟੋਪ 5 ਚੈਨਲਸ 'ਚੋਂ ਇੱਕ ਸੀਗਾ। ਅਤੇ ਇਹਨਾਂ ਦਾ, ਦੋਵੇਂ ਬ੍ਰਦਰਸ ਦਾ ਗੋਲ ਹੈ ਨੈਚੁਰਲ ਬੋਡੀ ਬਿਲਡਿੰਗ ਨੂੰ ਪ੍ਰਮੋਟ ਕਰਨਾ। ਸੋ ਸਾਡੇ ਨਾਲ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਆਸ਼ੀਸ਼ ਮਹਾਜਨ ਜੀ ਦਾ, ਜਿਹੜੇ ਸਾਡੇ ਨਾਲ ਟੋਰੋਂਟੋ ਤੋਂ ਜੁੜੇ ਹੋਏ ਨੇ। ਆਸ਼ੀਸ਼ ਮਹਾਜਨ ਜੀ, ਤੁਹਾਡਾ ਰੇਡੀਓ ਜੀ ਪੰਜਾਬ ਦੇ ਪ੍ਰੋਗਰਾਮ ਫਿਟਨੈਸ ਫਰਾਈਡੇ 'ਚ ਸਵਾਗਤ ਹੈ ਜੀ। ਥੈਂਕ ਯੂ ਮਾਹੀ ਜੀ, ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੁਬਾਰਾ ਇੱਕ ਵਾਰ ਇੱਕ ਨਵੀਂ ਫਿਟਨੈਸ ਦਾ ਗਿਆਨ ਵੰਡਣ ਲਈ ਤੁਹਾਡੇ ਨਾਲ ਫਿਰ ਜੁੜਿਆ, ਤੇ ਮੈਨੂੰ ਬਹੁਤ ਖੁਸ਼ੀ ਹੋਏਗੀ। ਜਿਵੇਂ ਮੈਂ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀ ਕਿ ਆਪਣੀ ਕਮਿਊਨਿਟੀ ਲਈ ਅਗਰ ਮੈਂ ਫਿਟਨੈਸ 'ਚ ਹੈਲਪ ਕਰ ਸਕਾਂ ਤਾਂ ਮੈਂ ਹਮੇਸ਼ਾ ਅੱਗੇ ਆਊਂਗਾ। ਜੀ ਜੀ, ਸ਼ੁਕਰੀਆ ਜੀ। ਸੋ ਆਸ਼ੀਸ਼ ਮਹਾਜਨ ਜੀ, ਜਿਵੇਂ ਆਪਾਂ ਪਿਛਲੀ ਵਾਰ ਪ੍ਰੋਗਰਾਮ ਦੇ ਐਂਡ ਵਿੱਚ ਕਿਹਾ ਸੀਗਾ ਵੀ ਜੇ ਸਾਡੇ ਸਰੋਤਿਆਂ ਨੂੰ ਕੋਈ ਵੀ ਸਵਾਲ ਹੈ ਤਾਂ ਉਹ ਪਲੀਜ਼ ਸਾਨੂੰ ਈਮੇਲ ਕਰਨ, ਜਾਂ ਸਾਨੂੰ ਯੂਟਿਊਬ 'ਤੇ ਜੇ ਉਹ ਵੀਡੀਓ ਦੇਖ ਰਹੇ ਨੇ ਤਾਂ ਉਹ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸ ਸਕਦੇ ਨੇ। ਤਾਂ ਸਾਨੂੰ ਪਿਛਲੀ ਵਾਰ ਇੱਕ ਕਮੈਂਟ ਆਇਆ ਜਸਪ੍ਰੀਤ ਸਿੰਘ ਜੀ ਦਾ, ਸੋ ਉਹਨਾਂ ਨੇ ਇਹ ਲਿਖਿਆ ਕਿ ਤੁਸੀਂ ਜੇ ਇਹ ਦੱਸ ਸਕਦੇ ਹੋ ਕਿ ਇੱਕ ਪਤਲਾ ਬੰਦਾ ਕਿਵੇਂ ਵੇਟ ਗੇਨ ਕਰੇ। ਸੋ ਮੈਂ ਸੋਚਿਆ ਕਿ ਆਪਾਂ ਕਿਉਂ ਨਾ ਇਸ 'ਤੇ ਇੱਕ ਪ੍ਰੋਗਰਾਮ, ਇੱਕ ਐਪੀਸੋਡ ਹੀ ਪੂਰਾ ਇਸ 'ਤੇ ਕਰ ਦਈਏ, ਕਿਉਂਕਿ ਮੇਰੇ ਖਿਆਲ ਨਾਲ ਇਹ ਇੱਕ ਐਪੀਸੋਡ ਹੋ ਸਕਦਾ ਇਸ 'ਤੇ ਪੂਰਾ, ਕਿਉਂਕਿ ਆਪਾਂ ਬਹੁਤ ਦੇਖਦੇ ਹਾਂ ਕਿ ਜਿਮ ਵਿੱਚ ਜਿਹੜੇ ਵੀ ਪਤਲੇ ਆਉਂਦੇ ਨੇ, ਤਾਂ ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਤਾਂ ਉਹ ਜਿਹੜੇ ਜਿਮ ਟ੍ਰੇਨਰਸ ਹੁੰਦੇ ਨੇ, ਖਾਸ ਕਰ ਜਿਹੜੇ ਇੰਡੀਆ ਦੇ ਜਿਮ ਟ੍ਰੇਨਰਸ ਨੇ, ਤਾਂ ਉਹ ਕਹਿ ਦਿੰਦੇ ਨੇ ਤੁਹਾਨੂੰ ਕਾਰਡੀਓ ਕਰਨ ਦੀ ਕੋਈ ਲੋੜ ਨਹੀਂ ਹੈ, ਤੁਸੀਂ ਜਾ ਕੇ ਵੇਟ ਟ੍ਰੇਨਿੰਗ ਕਰੋ ਅਤੇ ਖਾਓ, ਜੋ ਦਿਖਦਾ ਉਹ ਖਾ ਲਓ। ਅਤੇ ਆਪਾਂ ਦੇਖਦੇ ਹਾਂ ਕਿ ਉਹ ਜਿੱਥੇ ਵੀ ਜਾਂਦੇ ਨੇ ਬਸ ਉਹ ਖਾਂਦੇ ਹੀ ਰਹਿੰਦੇ ਨੇ, ਭਾਵੇਂ ਉਹ ਪੀਜ਼ਾ ਹੋਏ ਅਤੇ ਭਾਵੇਂ ਉਹ ਮਤਲਬ ਬਰਗਰ ਹੋਏ, ਕੁਛ ਵੀ ਹੋਏ, ਅਤੇ ਉਹਨਾਂ ਨੇ ਸਾਹਮਣੇ ਦੇਖ ਕੇ ਖਾ ਲੈਣਾ, ਜੋ ਜਨਰਲ ਜਿਹੜੀ ਮੈਂਟੈਲਿਟੀ ਹੈ ਜਿਹੜੀ ਇੱਕ ਪਤਲੇ ਬੰਦੇ ਦੀ। ਸੋ ਆਪਣਾ ਅੱਜ ਦਾ ਟੋਪਿਕ ਇਹੀ ਹੈ ਵੀ ਇੱਕ ਪਤਲਾ ਬੰਦਾ ਹੈਲਦੀ ਵੇਟ ਗੇਨ ਕਿਵੇਂ ਕਰੇ। ਸੋ ਸਭ ਤੋਂ ਪਹਿਲਾਂ ਇਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਅੱਜ ਕੱਲ੍ਹ ਦੇਖਦਾ ਜਿਮ ਦੇ ਵਿੱਚ, ਸਿੱਧੀ ਜੀ ਗੱਲ ਹੈ, ਆਪਣਾ ਜਿਹੜਾ ਪਤਲਾ ਬੰਦਾ ਹੁੰਦਾ ਉਹ ਸਭ ਤੋਂ ਪਹਿਲਾਂ ਟ੍ਰੇਨਰ ਕੋਲ ਜਾਂਦਾ ਹੈ ਤੇ ਉਸ ਤੋਂ ਪੁੱਛਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ, ਉਵੇਂ ਹਰ ਅੱਜ ਕੱਲ੍ਹ ਜਿਹੜੇ ਜਿਮ ਦੇ ਮੋਸਟਲੀ ਟ੍ਰੇਨਰਸ ਹੈਗੇ ਹੈ ਪੰਜਾਬ ਸਾਈਡ, ਉਹੀ ਕਹਿੰਦੇ ਆ ਕਿ ਤੁਸੀਂ ਜਾਂ ਤਾਂ ਤੁਸੀਂ ਦੱਬ ਕੇ ਖਾਓ, ਜਿਵੇਂ ਤੁਸੀਂ ਕਿਹਾ, ਚਾਹੇ ਪੀਜ਼ਾ ਖਾਓ, ਬਰਗਰ ਖਾਓ, ਆਈਸਕ੍ਰੀਮ ਖਾਓ, ਕਹਿੰਦੇ ਕਿ ਤੁਸੀਂ ਜ਼ਿਆਦਾ ਖਾਓ ਤੇ ਘਬਰਾਓ ਨਾ, ਬੇਸਿਕਲੀ ਇਹੀ ਕਿਹਾ ਜਾਂਦਾ ਉਹਨਾਂ ਨੂੰ। ਤੇ ਮੇਰਾ ਇਸ 'ਤੇ ਇਹ ਵਿਚਾਰ ਹੈ ਕਿ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਆਪਾਂ ਨੂੰ ਮਾਹੀ ਜੀ ਕਿ ਵੇਟ ਗੇਨ ਹੁੰਦਾ ਕਿਵੇਂ ਬੋਡੀ 'ਚ, ਕੁਛ ਵੀ ਕਰਨ ਤੋਂ ਪਹਿਲਾਂ ਜੀ। ਤਾਂ ਆਪਣਾ ਬੇਸਿਕਲੀ ਆਪਾਂ ਜਦੋਂ ਕੁਛ ਖਾਂਦੇ ਹਾਂ ਆਪਣੇ ਬੋਡੀ ਦੇ ਵਿੱਚ, ਹਾਂਜੀ, ਤੇ ਆਪਾਂ ਕੀ ਕਰਦੇ ਹਾਂ ਕਿ ਆਪਾਂ ਹਮੇਸ਼ਾ, ਅੱਛਾ, ਆਪਣੇ ਤਿੰਨ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ, ਫੈਟਸ, ਪ੍ਰੋਟੀਨਸ ਤੇ ਕਾਰਬਸ। ਹਾਂਜੀ, ਆਪਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਜੇ ਭਾਰ ਵਧਾਉਣਾ ਹੈ ਤਾਂ ਤੁਸੀਂ ਕਾਰਬਸ ਦੱਬ ਕੇ ਖਾਓ, ਫੈਟਸ ਤੇ ਪ੍ਰੋਟੀਨ ਭਾਵੇਂ ਘੱਟ ਖਾਓ ਜੀ। ਤੇ ਮੇਰਾ ਇਹ ਮੰਨਣਾ ਹੈ ਇਸ ਚੀਜ਼ ਨੂੰ ਲੈ ਕੇ ਕਿ ਮੈਂ ਕਦੀ ਵੀ ਕਿਸੇ ਨੂੰ ਇਹ ਚੀਜ਼ ਨਹੀਂ ਸੁਜੈਸਟ ਕਰਾਂਗਾ, ਚਾਹੇ ਉਸਨੇ, ਚਾਹੇ ਬਹੁਤ ਪਤਲਾ ਬੰਦਾ ਹੈ, ਕਿ ਤੂੰ ਚਾਹੇ ਜੋ ਮਰਜ਼ੀ ਖਾ, ਕਿ ਚਾਹੇ ਤੂੰ ਪੀਜ਼ਾ ਖਾ, ਕਿਉਂਕਿ ਉਹ ਅਲਟੀਮੇਟਲੀ ਅੱਛੀ ਚੀਜ਼ਾਂ ਨਹੀਂ ਹੈ ਉਹ ਪੀਜ਼ਾ ਬਰਗਰ ਲੌਂਗ ਟਾਈਮ, ਅਗਰ ਜੇ ਲੌਂਗ ਟਰਮ ਦੇ ਵਿੱਚ ਅਗਰ ਆਪਾਂ ਇਹ ਚੀਜ਼ਾਂ ਸਸਟੇਨ ਕਰਨੀ ਹੈ ਤਾਂ ਉਹ ਚੀਜ਼ਾਂ ਅੱਛੀ ਨਹੀਂ ਹੈ। ਮੇਰੀ ਸਲਾਹ ਇਹ ਹੋਏਗੀ ਕਿ ਸਭ ਤੋਂ ਪਹਿਲਾਂ ਤਾਂ ਇਹੋ ਜਿਹੇ ਟ੍ਰੇਨਰ ਤੋਂ ਬੰਦਾ ਦੂਰ ਰਹੇ ਜੀ, ਜੋ ਸਭ ਤੋਂ, ਜੋ ਬਹੁਤ ਜ਼ਿਆਦਾ ਜ਼ਰੂਰੀ ਹੈ ਨੌਜਵਾਨ ਬੰਦਿਆਂ ਨੂੰ, ਕਿਉਂਕਿ ਸਟਾਰਟਿੰਗ ਦੇ ਵਿੱਚ ਅਗਰ ਅੱਛੀ ਗਾਈਡੈਂਸ ਮਿਲ ਜਾਵੇ ਤਾਂ ਉਹਨਾਂ ਦਾ ਜਿਮ ਅੱਛਾ ਸਟਾਰਟਿੰਗ ਤੋਂ ਹੀ ਚੱਲ ਜਾਂਦਾ। ਜੇ ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਹੀ ਕੋਈ ਭਟਕਾਉਣ ਵਾਲਾ ਮਿਲ ਜੇ ਤਾਂ ਉਹਨਾਂ ਦਾ ਜਿਮ ਵਾਲਾ ਜਿਹੜਾ ਸਾਈਡ ਹੈ ਉਹ ਥੋੜਾ ਵੀਕ ਹੋ ਜਾਂਦਾ, ਸਟਾਰਟਿੰਗ ਬੇਸ ਜਿਹਨੂੰ ਕਹਿੰਦੇ ਆ, ਜੋ ਨੀ ਹੁੰਦੀ ਆ ਉਹ ਕਮਜ਼ੋਰ ਹੋ ਜਾਂਦੀ ਹੈ ਜੀ 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 ਹਾਂ, ਕਿਉਂਕਿ ਮੈਨੂੰ ਵੀ ਪਤਾ, ਹਾਂਜੀ, ਮੈਨੂੰ ਵੀ, ਮੈਂ ਵੀ ਇਹ ਚੀਜ਼ ਦੇਖੀ ਹੈ ਜਦੋਂ ਮੈਂ ਵੀ ਸ਼ੁਰੂ ਕਰਿਆ ਸੀ, ਜਾਂ ਤੁਸੀਂ ਸ਼ੁਰੂ ਕਰਿਆ ਸੀਗਾ, ਆਪਾਂ ਇੱਕੋ ਜਿਮ ਲਾਉਂਦੇ ਹੁੰਦੇ ਸੀਗੇ, ਤਾਂ ਆਪਾਂ ਉਹ ਚੀਜ਼ਾਂ ਫੇਸ ਕਰੀਆਂ ਨੇ ਪਹਿਲਾਂ। ਸੋ
ਪਿਆਰੇ ਸਰੋਤਿਓ, ਜਿਹੜੇ ਆਸ਼ੀਸ਼ ਮਹਾਜਨ ਜੀ ਆਪਣੇ ਐਕਸਪੀਰੀਅੰਸ ਤੋਂ ਬੋਲ ਰਹੇ ਨੇ ਵੀ ਤੁਹਾਡਾ ਜਿਹੜਾ ਬੇਸ ਹੈ ਉਹ ਸਟਰੋਂਗ ਹੋਣਾ ਚਾਹੀਦਾ, ਕਿਉਂਕਿ ਅਸੀਂ ਨਾਲਦਿਆਂ ਨੂੰ ਵੀ ਦੇਖਦੇ ਸੀਗੇ ਤਾਂ ਉਸ ਟਾਈਮ 'ਤੇ ਜਦੋਂ ਇੱਕ ਤਾਂ ਤੁਸੀਂ ਜੇ ਕੋਈ ਤੁਹਾਨੂੰ ਟ੍ਰੇਨਰ ਤੋਂ ਇਲਾਵਾ ਕੁਛ ਕਹੂਗਾ ਵੀ ਤਾਂ ਤੁਹਾਨੂੰ ਹੋਊਗਾ ਨਹੀਂ ਯਾਰ ਟ੍ਰੇਨਰ ਦੀ ਬਾਡੀ ਬਹੁਤ ਸੋਹਣੀ ਬਣੀ ਹੋਈ ਹੈ, ਤਾਂ ਮੈਂ ਉਹਦੀ ਗੱਲ ਮੰਨਾਂ। ਸੋ ਤੁਸੀਂ ਹਾਂਜੀ ਹਾਂਜੀ ਪਲੀਜ਼ ਪਿਆਰੇ ਸਰੋਤਿਓ, ਸਾਡੀ ਇਹ ਰਿਕੁਐਸਟ ਹੈ ਕਿ ਤੁਸੀਂ ਥੋੜ੍ਹਾ ਜਿਹਾ ਕਿਸੇ ਮਤਲਬ ਤੁਸੀਂ ਬਲਾਈਂਡ ਟਰੱਸਟ ਨਾ ਕਰੋ, ਤੁਸੀਂ ਸਲਾਹ ਸੁਣੋ ਤੇ ਫਿਰ ਤੁਸੀਂ ਉਸ ਤੇ ਰਿਸਰਚ ਕਰੋ ਵੀ ਇਹ ਗੱਲ ਸਹੀ ਹੈ ਕਿ ਨਹੀਂ ਹੈ। ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਅਗਰ ਆਪਾਂ ਕੋਈ ਗੱਲ ਸੁਣਦੇ ਹਾਂ ਤੇ ਉਹਦੇ ਪਿੱਛੇ ਬਿਨਾਂ ਰਿਸਰਚ ਕਰੇ ਅਗਰ ਆਪਾਂ ਉਹਨੂੰ ਆਪਣੀ ਆਪਣੇ ਆਪ ਤੇ ਅਪਲਾਈ ਕਰਦੇ ਹਾਂ, ਕੀ ਪਤਾ ਸਾਨੂੰ ਉਹ ਚੀਜ਼ ਫਾਇਦਾ ਨਾ ਕਰੇ ਬਲਕਿ ਨੁਕਸਾਨ ਕਰੇ। ਜੀ ਜੀ, ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੈਂ ਕਿਵੇਂ ਸਟਾਰਟ ਕੀਤਾ ਸੀ। ਆਪਣੀ ਸਟੋਰੀ ਦੱਸਦਾ ਕਿ ਮੈਂ ਵੀ ਬਹੁਤ ਪਤਲਾ ਹੁੰਦਾ ਸੀਗਾ, ਮੈਂ ਵੀ ਮਤਲਬ ਆਪਣਾ ਲਗਾ ਕੇ ਚਲੋ ਸਕਿਨੀ, ਜਿਹਨੂੰ ਕਹਿੰਦੇ ਸਕਿਨੀ ਫੈਟ, ਜੀ ਉਸ ਤੋਂ ਸਟਾਰਟ ਹੋਇਆ ਮੈਂ। ਤਾਂ ਮੇਰੇ ਵਾਸਤੇ ਕੀ ਚੀਜ਼ ਕੰਮ ਕੀਤੀ, ਮੈਨੂੰ ਸਟਾਰਟਿੰਗ ਦੇ ਵਿੱਚ ਗਾਈਡੈਂਸ, ਮੇਰੇ ਭਰਾ ਜਿਵੇਂ ਤੁਹਾਨੂੰ ਪਤਾ ਮੈਨੂੰ ਉਸਨੇ ਮੈਨੂੰ ਗਾਈਡ ਸਟਾਰਟਿੰਗ ਤੋਂ ਕੀਤਾ, ਤਾਂ ਮੇਰਾ ਬੇਸ ਸਟਰੋਂਗ ਰਿਹਾ, ਤਾਂ ਮੈਨੂੰ ਰਿਜ਼ਲਟ ਅੱਛਾ ਮਿਲਿਆ, ਤਾਂ ਮੈਂ ਵੀ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ। ਹਾਂਜੀ ਹਾਂਜੀ। ਤਾਂ ਅਭਿਨਵ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਕਿ ਤੂੰ ਜਿਮ ਰੈਗੂਲਰਲੀ ਜਾ, ਆਪਣਾ 5 ਦਿਨ ਹਫਤੇ ਦੇ ਵਿੱਚ ਜਿਮ ਲਗਾਓ। ਤਾਂ ਮੈਂ ਆਪਣੇ ਸਾਰੇ ਸਰੋਤਾਂ ਨੂੰ ਇਹ ਸਲਾਹ ਦੂੰਗਾ ਕਿ ਡਾਇਟ ਵਾਲੇ ਪਾਸੇ ਨੂੰ ਮੈਂ ਹਾਈਲਾਈਟ ਕਰਾਂਗਾ ਥੋੜੀ ਦੇਰ ਤੱਕ, ਬਟ ਮੈਂ ਤੁਹਾਨੂੰ ਇਹ ਸਟਾਰਟਿੰਗ 'ਚ ਦੱਸਾਂ ਨਾ, ਐਟਲੀਸਟ ਤੁਸੀਂ ਜ਼ੋਰ ਅਜਮਾਇਸ਼, ਜਿਹਨੂੰ ਕਹਿ ਕੋਈ ਸਪੋਰਟਸ ਐਕਟੀਵਿਟੀ ਹੋ ਗਈ, ਜਿਮ ਹੋ ਗਈ, ਤਾਂ ਤੁਸੀਂ ਉਹਨੂੰ ਐਟਲੀਸਟ ਉਸ ਨਾਲ ਰੈਗੂਲਰ ਹੋ ਪਹਿਲਾਂ, ਤਾਂ ਕਿ ਤੁਹਾਡੀ ਬਾਡੀ ਨੂੰ ਡਿਮਾਂਡ ਵਧੇ ਖਾਣ ਦੀ। ਹਾਂਜੀ ਹਾਂ, ਤੇ ਤੁਹਾਡੀ ਆਪਣਾ ਜਿਵੇਂ ਤੁਹਾਡੀ ਗੱਡੀ ਜ਼ਿਆਦਾ ਚੱਲੇਗੀ ਤਾਂ ਹੀ ਉਸ ਤੇਲ ਪਾਉਣ ਦਾ ਜ਼ਿਆਦਾ ਫਾਇਦਾ, ਨਹੀਂ ਤਾਂ ਤੁਹਾਨੂੰ ਪਤਾ ਹੈ ਖੜੀ ਗੱਡੀ ਦਾ ਤੇਲ ਖਾਂਦੀ ਹੀ ਹੈ। ਹਾਂਜੀ ਹਾਂਜੀ ਹਾਂਜੀ। ਤਾਂ ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਇੱਕ ਵਾਰ ਜਿਮ ਜਾਣਾ ਸਟਾਰਟ ਕਰੋਗੇ, ਫਿਰ ਪਹਿਲੇ 5 ਜਾਂ 6 ਮਹੀਨੇ ਤੁਹਾਨੂੰ ਟ੍ਰੇਨਰ ਬਹੁਤ ਕਹੇਗੀ ਸਾਡੇ ਤੋਂ ਇਹ ਡੱਬਾ ਲੈ ਲਓ, ਸਾਡੇ ਤੋਂ ਸਪਲੀਮੈਂਟ ਲੈ ਲਓ। ਮੇਰਾ ਤੁਹਾਨੂੰ ਸਾਰੇ ਸਰੋਤਾਂ ਨੂੰ ਇਹੀ ਸਲਾਹ ਰਹੇਗੀ ਕਿ ਪਹਿਲੇ 6 ਮਹੀਨੇ ਤੁਸੀਂ ਕਿਸੇ ਤਰ੍ਹਾਂ ਦੇ ਸਪਲੀਮੈਂਟ ਤੋਂ ਦੂਰ ਰਹੋ, ਆਪਣੀ ਬਾਡੀ ਨੂੰ ਨੈਚੁਰਲ ਡਾਇਟ, ਅੱਛੀ ਡਾਇਟ, ਉਸ ਤੇ ਮੈਂ ਹਾਈਲਾਈਟ ਕਰਾਂ ਕੀ ਚੀਜ਼ਾਂ ਤੁਹਾਨੂੰ ਆਪਣੀ ਡਾਇਟ 'ਚ ਇਨਕਲੂਡ ਕਰਨੀ ਚਾਹੀਦੀ ਹੈ। ਬਟ ਤੁਸੀਂ ਸਪਲੀਮੈਂਟਸ ਤੋਂ ਜਿੰਨਾ ਦੂਰ ਰਹਿ ਸਕਦੇ ਹੋ ਇਨੀਸ਼ੀਅਲ ਪੀਰੀਅਡ ਦੇ ਵਿੱਚ, ਤੁਸੀਂ ਆਪਣੀ ਬਾਡੀ ਨੂੰ ਕਿਸੇ ਤਰ੍ਹਾਂ ਦੇ ਸਪਲੀਮੈਂਟ ਤੇ ਡਿਪੈਂਡ ਨਹੀਂ ਬਣਾ ਸਕਦੇ ਸਟਾਰਟਿੰਗ ਦੇ ਵਿੱਚ। ਤੁਹਾਨੂੰ ਇੱਕ ਵਾਰ ਆਪਣੀ ਨੈਚੁਰਲ ਡਾਇਟ ਸਟਰੋਂਗ ਕਰਨੀ ਪੈਣੀ ਹੈ, ਫਿਰ ਜਾ ਕੇ ਤੁਹਾਨੂੰ ਸਪਲੀਮੈਂਟੇਸ਼ਨ ਅੱਗੇ ਜਾ ਕੇ ਵਿਦ ਟਾਈਮ ਤੁਹਾਨੂੰ ਅੱਗੇ ਐਡ ਕਰਨੀ ਪਏਗੀ ਲਾਈਫ ਦੇ ਵਿੱਚ ਅਗਰ ਲੋੜ ਪਵੇ ਤਾਂ। ਜੀ ਹਾਂ, ਹੁਣ ਤੁਹਾਨੂੰ ਅੱਛਾ ਖਾਣਾ ਕਿਸ ਨੂੰ ਕਹਾਂਗਾ ਮੈਂ, ਸਭ ਤੋਂ ਪਹਿਲਾ ਰੂਲ ਹੁੰਦਾ ਜਦੋਂ ਆਪਾਂ ਭਾਰ ਵਧਾਉਣਾ, ਜੇ ਚਾਹੇ ਆਪਾਂ ਵੇਟ ਗੇਨ ਕਰਨਾ ਹੈਲਦੀ ਵੇ ਨਾਲ, ਜੇ ਤੁਹਾਨੂੰ ਹਾਈਲਾਈਟ ਕਰਾਂ, ਤੁਹਾਨੂੰ ਤੁਸੀਂ ਜਿੰਨਾ ਅਵੋਇਡ ਕਰ ਸਕਦੇ ਹੋ ਜੰਕ ਫੂਡ, ਫਰਾਈਡ ਫੂਡ ਅਵੋਇਡ ਕਰੋ। ਜੀ ਪਹਿਲਾ 2 ਤੋਂ 3 ਹਫਤੇ ਮੈਂ ਤੁਹਾਨੂੰ ਇਹ ਸਲਾਹ ਦਊਂਗਾ ਕਿ ਤੁਸੀਂ ਘਰ ਦਾ ਖਾਣਾ ਸ਼ੁਰੂ ਕਰੋ, ਜੋ ਵੀ ਘਰ ਦੇ ਵਿੱਚ ਬਣਦਾ ਹੈ ਉਸਨੂੰ, ਚਾਹੇ ਉਹ ਦਲੀਆ ਹੋ ਗਿਆ, ਚਾਹੇ ਰੋਟੀ ਹੋ ਗਈ, ਘਰ ਦੀ ਬਣੀ ਹੋਈ ਰੋਟੀ। ਜੀ ਜੀ। ਤੇ ਸ਼ੂਗਰ ਤੁਸੀਂ ਅਵੋਇਡ ਕਰਨੀ ਹੈ ਆਪਣੀ ਡਾਇਟ ਦੇ ਵਿੱਚ। ਜੀ। ਚੀਨੀ ਕਿਸੇ ਵੀ ਤਰ੍ਹਾਂ ਦੇ ਨਾਲ, ਚਾਹੇ ਦੁੱਧ ਹੋ ਗਿਆ, ਚਾਹੇ ਕਿਸੇ ਵੀ ਚੀਜ਼ ਹੋ ਗਈ, ਤੁਸੀਂ ਚੀਨੀ ਨੂੰ ਅਵੋਇਡ ਕਰਕੇ ਤੁਸੀਂ ਉਸਦੇ ਸਬਸਟੀਟਿਊਟ ਹੋ ਗਿਆ, ਜਿਵੇਂ ਕਿ ਤੁਸੀਂ ਬੋਨਵਿਟਾ ਅਗਰ ਪਾਉਣਾ ਚਾਹੁੰਦੇ ਹੋ, ਜੋ ਵੀ ਪਤਲਾ ਬੰਦਾ ਅਗਰ ਦੁੱਧ ਪੀਣ ਦਾ ਸ਼ੌਕੀਨ ਹੈਗਾ ਤਾਂ ਉੱਦਾਂ ਜਾ ਬੋਨਵਿਟਾ ਐਡ ਕਰ ਲਓ, ਤਾਂ ਚੀਨੀ ਤੋਂ ਦੂਰ ਰਹੋ। ਮੇਰੇ ਕਹਿਣ ਦਾ ਉਹ ਹੈ ਬੇਸਿਕਲੀ, ਚੀਨੀ ਨੂੰ ਅਵੋਇਡ ਕਰੋ। ਜੀ ਜੀ। ਤੇ ਤੁਸੀਂ ਘਰ ਦਾ ਬਣਾ 1-2 ਹਫਤੇ ਬਾਹਰਲਾ ਟੋਟਲੀ ਖਾਣਾ ਛੱਡ ਕੇ ਘਰ ਦਾ ਖਾਣਾ ਤੁਸੀਂ ਹੈਬਿਚੁਅਲ ਹੋ ਘਰ ਦੇ ਖਾਣੇ ਨਾਲ। ਜਿਵੇਂ ਤੁਹਾਡਾ ਜਿਮ ਦੇ ਵਿੱਚ ਤੁਹਾਡਾ ਰੈਗੂਲੈਰਿਟੀ ਬਣਦੀ ਰਹੇਗੀ, ਉਵੇਂ ਤੁਹਾਡੀ ਡਾਇਟ, ਜਿਵੇਂ ਤੁਹਾਨੂੰ ਭੁੱਖ ਕਹਿੰਦੇ, ਤੁਹਾਡੀ ਨੀਡ ਉਹ ਵਧਦੀ ਰਹੇਗੀ ਵਿਦ ਟਾਈਮ, ਤੁਸੀਂ ਨੋਟਿਸ ਕਰੋਗੇ। ਤਾਂ ਆਪਾਂ ਹੁਣ ਉਸੀ ਦੌਰਾਨ ਦੇ ਵਿੱਚ ਆਪਾਂ ਹੈਲਦੀ ਚੀਜ਼ਾਂ ਆਪਣੀ ਡਾਇਟ ਦੇ ਵਿੱਚ ਐਡ ਕਰਨੀ ਸ਼ੁਰੂ ਕਰ ਦੇਣੀ ਹੈ। ਤਾਂ ਤੁਸੀਂ ਕੁਛ ਖਾਣਾ ਜੋ ਕਿ ਲੋਕਾਂ ਨੂੰ ਜਿਸ ਬਾਰੇ ਇੰਨੀ ਨੌਲੇਜ ਨਹੀਂ ਹੈ, ਪਰ ਆਪਾਂ ਇਗਨੋਰ ਕਰਦੇ ਹਾਂ, ਆਪਣੇ ਘਰਦਾ ਸਭ ਕੁਛ ਹੁੰਦਾ, ਆਲੂ ਹੋ ਗਿਆ, ਚਾਵਲ ਹੋ ਗਏ, ਰੋਟੀ ਹੋ ਗਈ, ਦੁੱਧ ਹੋ ਗਿਆ, ਇਹ ਅਗਰ ਤੁਸੀਂ ਪਹਿਲਾ ਮਹੀਨਾ ਇਹਨਾਂ ਚੀਜ਼ਾਂ ਤੇ ਫੋਕਸ ਕਰੋ। ਜੇ ਤੁਸੀਂ ਆਪਣਾ ਨੋਨ ਵੈਜੀਟੇਰੀਅਨ ਹੋ ਤਾਂ ਤੁਹਾਨੂੰ ਐਗਸ ਹੈਲਪ ਕਰੇਗੇ, ਤੁਹਾਨੂੰ ਚਿਕਨ ਹੈਲਪ ਕਰ ਸਕਦਾ ਡੈਫੀਨੇਟਲੀ। ਬਟ ਅਗਰ ਤੁਸੀਂ ਨੋਨ ਵੈਜੀਟੇਰੀਅਨ ਨਹੀਂ ਹੋ, ਤੁਸੀਂ ਸਿਰਫ ਵੈਜੀਟੇਰੀਅਨ ਹੋ, ਤੁਸੀਂ ਆਪਣਾ ਪਨੀਰ ਹੋ ਗਿਆ, ਸੋਇਆ ਪਨੀਰ ਹੋ ਗਿਆ, ਲਿਮਿਟ ਦੇ ਵਿੱਚ, ਐਕਸੈਸ ਨਹੀਂ ਕਹੂੰਗਾ ਮੈਂ ਕਿਸੇ ਚੀਜ਼ ਦੀ, ਬਟ ਹਾਂ ਆਪਣਾ ਪਹਿਲਾ ਮਹੀਨਾ ਜਿਵੇਂ ਜਿਵੇਂ ਤੁਸੀਂ ਆਪਣਾ ਜਿਮ ਜਾ ਰਹੇ ਹੋ, ਤੁਸੀਂ ਰੈਗੂਲਰ ਹੋ ਰਹੇ ਹੋ, ਤੁਸੀਂ ਆਪਣਾ ਇਹ ਚੀਜ਼ਾਂ ਨੂੰ ਆਪਣੀ ਡਾਇਟ ਦੇ ਵਿੱਚ ਹੌਲੀ ਹੌਲੀ ਕਰਕੇ ਐਡ ਕਰੋ। ਜੀ। ਇਸ ਨਾਲ ਕੀ ਹੋਏਗਾ, ਤੁਸੀਂ ਜਿਮ ਦੇ ਵਿੱਚ ਆਪਣਾ ਨੋ ਡਾਊਟ ਤੁਹਾਡੀ ਸਟਰੈਂਥ ਗੇਨ ਹੋ ਰਹੀ ਹੈ, ਤੁਹਾਡੀ ਤੁਹਾਡੀ ਰੈਗੂਲੈਰਿਟੀ ਬਣ ਰਹੀ ਹੈ, ਬਟ ਤੁਹਾਡਾ ਡਾਇਟ ਵੀ ਅੱਛੀ ਹੋ ਰਹੀ ਹੈ ਪਹਿਲੇ ਮਹੀਨੇ ਨਾਲ। ਤੁਸੀਂ ਆਪਣੀ ਅੱਛੀ ਚੀਜ਼ਾਂ ਖਾ ਰਹੇ ਹੋ, ਤੁਸੀਂ ਬਾਹਰਲਾ ਨਹੀਂ ਖਾ ਰਹੇ,
ਤੁਸੀਂ ਸ਼ੂਗਰ ਕਿਸੇ ਤਰ੍ਹਾਂ ਦੇ ਕੋਲਡ ਡਰਿੰਕ ਕੋਕਾ ਕੋਲਾ ਆਪਾਂ ਨੂੰ ਲੱਗਦਾ ਕਿ ਇਹਨਾਂ ਚ ਨਹੀਂ ਹੁੰਦਾ, ਤੁਸੀਂ ਇੱਕ ਵਾਰ ਇਹਨਾਂ ਨਿਊਟ੍ਰੀਸ਼ਨਲ ਲੇਬਲ ਚੈੱਕ ਕਰਕੇ ਦੇਖੋ, ਤੁਹਾਨੂੰ ਸ਼ੂਗਰ ਦਿਖ ਜਾਏਗੀ ਤੇ ਉਹ ਸ਼ੂਗਰ ਤੁਹਾਡੇ ਲਈ ਪੋਇਜ਼ਨ ਹੈ। ਮੈਂ ਤੁਹਾਨੂੰ ਡੇ 1 ਤੋਂ ਪਿਛਲੇ ਐਪੀਸੋਡ ਚ ਵੀ ਇਹ ਗੱਲ ਮੈਂ ਫੋਕਸ ਕੀਤੀ ਸੀਗੀ, ਮੈਂ ਇਸ ਐਪੀਸੋਡ ਚ ਵੀ ਇਹ ਗੱਲ ਹਾਈਲਾਈਟ ਕਰ ਰਿਹਾ ਕਿ ਸ਼ੂਗਰ ਜਿੰਨੀ ਜਲਦੀ ਤੁਸੀਂ ਅਵੋਇਡ ਕਰਨਾ ਸਟਾਰਟ ਕਰੋਗੇ ਉਨੀ ਤੁਹਾਡੀ ਬਾਡੀ ਨੂੰ ਜਲਦੀ ਫਾਇਦਾ ਹੋਣਾ ਸ਼ੁਰੂ ਹੋਏਗਾ। ਜੀ ਜੀ ਜੀ, ਮੈਂ ਆਸ਼ੀਸ਼ ਜੀ ਇਹ ਪੁੱਛਣਾ ਚਾਹੁੰਦਾ ਸੀ, ਜਿਵੇਂ ਹੁਣ ਕਈ ਜਿਵੇਂ ਹੋਸਟਲ ਰਹਿ ਰਹੇ ਨੇ ਜਾਂ ਫਿਰ ਜਿਵੇਂ ਕੋਈ ਕੰਮ ਕਰ ਰਿਹਾ ਉਹ ਬਾਹਰ ਰਹਿ ਰਹੇ ਨੇ ਘਰ ਤੋਂ, ਤਾਂ ਉਹ ਕੀ ਕਰਨ ਹੈਲਦੀ ਵੇਟ ਗੇਨ ਲਈ? ਤੁਸੀਂ ਦੇਖੋ ਹੋਸਟਲ ਦੇ ਵਿੱਚ ਤੁਹਾਨੂੰ ਜਿਹੜੀ ਡਾਇਟ ਅਵੇਲੇਬਲ ਹੁੰਦੀ ਹੈ, ਮੈਂ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਮੈਂ ਵੀ ਆਪਣੇ ਫਰੈਂਡਸ ਦੇ ਕੋਲ ਜਾ ਕੇ ਹੋਸਟਲ 'ਚ ਖਾਣਾ ਖਾਂਦਾ ਰਿਹਾ, ਤਾਂ ਉੱਥੇ ਰਾਈਸ ਵਗੈਰਾ ਰੋਟੀ ਵਗੈਰਾ ਦੀ ਕੋਈ ਕਮੀ ਹੁੰਦੀ ਨਹੀਂ ਹੈ ਹੋਸਟਲ ਦੇ ਵਿੱਚ। ਹਾਂ, ਤੁਸੀਂ ਐਡੀਸ਼ਨਲ ਚੀਜ਼ਾਂ ਆਪਣੇ ਨਾਲ ਕੀ ਰੱਖ ਸਕਦੇ ਹੋ, ਤੁਸੀਂ ਆਪਣਾ ਤੁਸੀਂ ਆਪਣੇ ਕੋਲ ਸੋਇਆ ਪਨੀਰ ਲਿਆ ਕੇ ਰੱਖ ਸਕਦੇ ਹੋ ਅਗਰ ਤੁਹਾਡੇ ਹੋਸਟਲ 'ਚ ਅਵੇਲੇਬਲ ਨਹੀਂ ਹੈ, ਸੋਇਆ ਪਨੀਰ ਦਾ ਪੈਕਟ ਹੁੰਦਾ ਹੈ, ਤਾਂ ਤੁਸੀਂ ਇੱਕ ਨੈਚੁਰਲ ਡਾਇਟ ਬਿਲਡ ਕਰ ਸਕਦੇ ਹੋ ਉੱਥੇ, ਆਪਣੇ ਕੋਲ ਦੁੱਧ ਦਾ ਸਪਲਾਈ ਆਪਣੇ ਕੋਲ ਰੱਖ ਸਕਦੇ ਹੋ ਮੇਰੇ ਹਿਸਾਬ ਨਾਲ, ਜਾਂ ਫਿਰ ਹੋਸਟਲ ਦੇ ਵਿੱਚ ਮੇਰੇ ਫਰੈਂਡਸ ਜਿਮ ਜਾਂਦੇ ਹੁੰਦੇ ਸੀਗੇ, ਉਹਨਾਂ ਨੇ ਆਪਣੇ ਸਾਰਾ ਸਮਾਨ ਲਿਆ ਕੇ ਜੋ ਵੀ ਮੈਂ ਤੁਹਾਨੂੰ ਦੱਸਦਾ ਮਿਲਕ ਹੋ ਗਿਆ ਕੋਈ ਸੋਇਆ ਮਿਲਕ ਹੋ ਗਿਆ, ਉਹਨਾਂ ਨੇ ਹੋਸਟਲ ਦੇ ਵਿੱਚ ਅਵੇਲੇਬਲ ਵੀ ਹੁੰਦੇ ਸੀ, ਬਟ ਜਦ ਨਹੀਂ ਅਵੇਲੇਬਲ ਹੁੰਦੇ ਸੀ ਉਹਨਾਂ ਨੇ ਐਡੀਸ਼ਨਲੀ ਆਪਣਾ ਉਹਨਾਂ ਨੂੰ ਗੱਲ ਕੀਤੀ ਹੁੰਦੀ ਸੀ ਕਿ ਹਾਂ ਅਸੀਂ ਸਟੋਰੇਜ ਰੱਖਣੀ ਹੈ ਆਪਣੀ, ਤਾਂ ਉਹਨਾਂ ਨੇ ਆਪਣਾ ਸਾਰਾ ਖਾਣ ਪੀਣ ਦਾ ਆਪਣੇ ਕੋਲ ਰੱਖਿਆ ਹੁੰਦਾ ਸੀਗਾ, ਕੁਛ ਚੀਜ਼ਾਂ ਜੋ ਆਪਣੇ ਕੋਲ ਰੈਡੀ ਟੂ ਈਟ ਹੋ ਗਈਆਂ, ਬਦਾਮ ਡਰਾਈ ਫਰੂਟਸ, ਇਹ ਸਾਰੀ ਚੀਜ਼ਾਂ ਉਹਨਾਂ ਦੇ ਕੋਲ ਰੂਮ ਦੇ ਵਿੱਚ ਅਵੇਲੇਬਲ ਹੁੰਦੀਆਂ ਸੀ। ਤਾਂ ਮੇਰੇ ਕਹਿਣ ਦਾ ਮਤਲਬ, ਮੇਰੇ ਕਹਿਣ ਦਾ ਫੋਕਸ ਇਸ ਚੀਜ਼ ਤੇ ਹੈ, ਤੁਸੀਂ ਬਾਹਰਲਾ ਖਾਣਾ ਜਿੰਨੀ ਜਲਦੀ ਅਵੋਇਡ ਕਰਕੇ ਨੈਚੁਰਲ ਡਾਇਟ ਤੇ ਤੁਸੀਂ ਜਿੰਨੀ ਜਲਦੀ ਆਓਗੇ, ਚਾਹੇ ਮੈਂ ਨੀ ਕਹੂੰਗਾ ਤੁਸੀਂ ਸਿੱਧਾ ਪੀਜ਼ਾ ਬਰਗਰ ਜੋ ਤੁਹਾਨੂੰ ਹਰ ਕੋਈ ਕਹਿੰਦਾ ਹੈ ਉਸ ਤੁਸੀਂ ਖਾਓ, ਪਹਿਲੀ ਗੱਲ ਉਹ ਚੀਜ਼ਾਂ ਸਸਤੀਆਂ ਨਹੀਂ ਹੈ, ਦੂਜੀ ਗੱਲ ਉਹ ਚੀਜ਼ਾਂ ਹੈਲਥੀਆਂ ਨਹੀਂ ਹੈ। ਜੀ ਜੀ ਜੀ, ਤਾਂ ਤੁਸੀਂ ਨੈਚੁਰਲ ਪਹਿਲਾ ਮਹੀਨਾ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਤੁਸੀਂ ਨੈਚੁਰਲ ਡਾਇਟ ਆਪਣਾ ਘਰ ਦੀ ਡਾਇਟ ਆਪਣਾ ਪੇਟ ਭਰ ਕੇ ਜਿਹਨੂੰ ਕਹਿੰਦੇ ਆਪਾਂ 3 ਟਾਈਮ ਦੀ ਰੋਟੀ ਖਾਣਾ ਸ਼ੁਰੂ ਕਰੋ, ਰੋਟੀ ਹੋ ਗਈ ਆ, ਤੁਸੀਂ ਚਾਵਲ ਖਾਣਾ ਚਾਹੁੰਦੇ ਹੋ, ਤੁਸੀਂ ਆਲੂ ਖਾਣਾ ਚਾਹੁੰਦੇ ਹੋ, ਤੁਸੀਂ ਘਰ ਦਾ ਬਣਿਆ ਹੋਇਆ ਹੈਲਦੀ ਵੇ ਨਾਲ ਘੱਟ ਤੇਲ, ਮਤਲਬ ਕਿਸੇ ਵਿੱਚ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਤਾਂ ਤੁਸੀਂ ਜਿੰਨਾ ਘਰ ਦਾ ਖਾਣਾ ਹੈਲਦੀ ਖਾ ਸਕਦੇ ਹੋ ਪਹਿਲਾ ਮਹੀਨਾ ਤੁਹਾਡਾ ਫੋਕਸ ਇਸ ਤੇ ਹੋਣਾ ਚਾਹੀਦਾ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਹਾਈਲੀ ਜਿਹੜਾ ਪ੍ਰੋਸੈਸਡ ਫੂਡ ਹੈ ਉਹਨੂੰ ਅਵੋਇਡ ਕਰਨ, ਉਹ ਹਰ ਹਾਲਤ ਦੇ ਵਿੱਚ ਕਿਉਂਕਿ ਉਸਦੇ ਵਿੱਚ ਪ੍ਰੈਜ਼ਰਵੇਟਿਵ ਜ਼ਿਆਦਾ ਹੁੰਦੇ ਆ ਤੇ ਉਹ ਬਾਡੀ ਲਈ ਲੌਂਗ ਟਰਮ ਯੂਜ਼ ਲਈ ਉਹ ਅੱਛਾ ਨਹੀਂ ਹੈ। ਕੋਈ ਵੀ ਤੁਹਾਨੂੰ ਫੂਡ ਨਿਊਟ੍ਰੀਸ਼ਨਲ ਸਪੈਸ਼ਲਿਸਟ ਤੁਹਾਨੂੰ ਇਹੀ ਕਹੇਗਾ ਕਿ ਉਹ ਤੁਹਾਨੂੰ ਜਿੰਨਾ ਅਵੋਇਡ ਕਰ ਸਕਦੇ ਤੁਸੀਂ ਕਰੋ ਉਸਨੂੰ। ਜੀ, ਤੇ ਇਸ 'ਚ ਮੈਂ ਇੱਕ ਚੀਜ਼ ਹੋਰ ਜ਼ਰੂਰ ਐਡ ਕਰਨੀ ਚਾਹਾਂਗਾ, ਮੈਂ ਪੁੱਛਣੀ ਚਾਹਾਂਗਾ ਕਿ ਜਿਹੜੇ ਸਾਡੇ ਸਰੋਤੇ ਡਰਿੰਕਸ ਲੈ ਰਹੇ ਨੇ, ਐਲਕੋਹਲ ਲੈ ਰਹੇ ਨੇ, ਤਾਂ ਉਹਨਾਂ ਨੂੰ ਐਲਕੋਹਲ ਨੂੰ ਵੀ ਅਵੋਇਡ ਕਰਨਾ ਚਾਹੀਦਾ, ਜਾਂ ਫਿਰ ਜੇ ਉਹ ਲੈਣਾ ਵੀ ਚਾਹੁਣ ਤਾਂ ਉਹ ਕਿੰਨੀ ਟਾਈਮ ਬਾਅਦ ਲੈ ਸਕਦੇ ਨੇ? ਐਲਕੋਹਲ ਦਾ ਮੁੱਦਾ ਇਸ ਤਰ੍ਹਾਂ ਦਾ ਮਾਹੀ ਜੀ ਕਿ ਐਲਕੋਹਲ ਸੁਜੈਸਟ ਤਾਂ ਮੈਂ ਕਦੀ ਵੀ ਕਿਸੇ ਨੂੰ ਨਹੀਂ ਕਰਾਂਗਾ ਕਿ ਤੁਸੀਂ ਹਾਂ ਐਲਕੋਹਲ ਲਓ, ਬਟ ਜੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੁਛ ਸਾਡੇ ਦਰਸ਼ਕ ਸਰੋਤੇ ਜਿਹੜੇ ਕਿ ਐਲਕੋਹਲ ਨਾਲ ਐਡਿਕਟ ਹੈ, ਮੈਂ ਉਹਨਾਂ ਨੂੰ ਇਹੀ ਗੱਲ ਕਹੂੰਗਾ ਕਿ ਉਹ ਚੀਜ਼ ਤੁਹਾਡੀ ਬਾਡੀ ਲਈ ਲੌਂਗ ਟਰਮ ਯੂਜ਼ ਲਈ ਤਾਂ ਬਿਲਕੁਲ ਵੀ ਹੈਲਦੀ ਨਹੀਂ ਹੈ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਐਲਕੋਹਲ ਤੁਹਾਡੇ ਲਿਵਰ ਨੂੰ ਅਫੈਕਟ ਕਰਦੀ ਹੈ, ਤੇ ਤੁਸੀਂ ਸੇਫ ਕੁਆਂਟਿਟੀ ਦੇ ਵਿੱਚ ਲੈਣਾ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਮਹੀਨੇ ਦੇ ਵਿੱਚ 1 ਜਾਂ 2 ਵਾਰ ਲੈ ਸਕਦੇ ਹੋ, ਬਟ ਮੈਂ ਸੁਜੈਸਟ ਫੇਰ ਵੀ ਨਹੀਂ ਕਰਾਂਗਾ ਉਸ। ਜੀ ਜੀ ਜੀ, ਕਿਉਂਕਿ ਹਾਂ ਐਲਕੋਹਲ ਤੁਹਾਨੂੰ ਜੋ ਚੀਜ਼ ਤੁਹਾਡੀ ਬਾਡੀ ਲਈ ਅੱਛੀ ਨਹੀਂ ਹੈ, ਨੋ ਡਾਊਟ ਤੁਹਾਨੂੰ ਅੱਛਾ ਤੁਹਾਨੂੰ ਤੁਹਾਡੀ ਮਾਇੰਡ ਜਿਹਨੂੰ ਕਹਿੰਦੇ ਹੋ ਤੁਹਾਨੂੰ ਅੱਛੇ ਹਾਈ ਰੱਖਦੀ ਹੈ, ਬਟ ਮੈਂ ਸੁਜੈਸਟ ਨਹੀਂ ਕਰਾਂਗਾ ਉਸ ਚੀਜ਼ ਨੂੰ। ਜੀ ਜੀ ਜੀ, ਅਤੇ ਆਸ਼ੀਸ਼ ਮਹਾਜਨ ਜੀ, ਆਪਾਂ ਅੱਗੇ ਵੱਧਦੇ ਹਾਂ। ਚਲੋ, ਅਤੇ ਜਦੋਂ ਇੱਕ ਤੁਸੀਂ ਪਿੱਛੇ ਗੱਲ ਵੀ ਕੀਤੀ ਸੀ ਵੀ ਪਹਿਲੇ 6 ਮਹੀਨੇ ਤਾਂ ਤੁਸੀਂ ਕੋਈ ਸਪਲੀਮੈਂਟ ਲੈਣ ਦੀ ਸੋਚੋ ਵੀ ਨਾ, ਪਰ ਆਪਾਂ ਫਿਰ ਉਹੀ ਗੱਲ 'ਤੇ ਆਉਂਦੇ ਹਾਂ। ਮੇਰੇ ਦਿਮਾਗ 'ਚ ਇੱਕ ਉਸ ਟਾਈਮ ਵੀ ਕੁਐਸਚਨ ਆਇਆ ਸੀਗਾ ਕਿ ਜਦੋਂ ਆਪਾਂ ਜਿਮ ਜਾਂਦੇ ਹਾਂ ਤਾਂ ਉੱਥੇ ਵੇਟ ਗੇਨਰਸ ਪਏ ਹੁੰਦੇ ਨੇ, ਅਤੇ ਜਿਵੇਂ ਜਦੋਂ ਕੋਈ ਵੀ ਨਵਾਂ ਖਾਸ ਕਰ ਨਵਾਂ ਜਿਮ ਲਾਉਣਾ ਸ਼ੁਰੂ ਕਰਦਾ ਤਾਂ ਉਹਨੂੰ ਹੁੰਦਾ ਯਾਰ ਮੈਂ ਛੇਤੀ ਛੇਤੀ ਵੀ ਪਤਾ ਨਹੀਂ ਕੀ ਚੀਜ਼ ਹੈ, ਇਹ ਕੋਈ ਮੈਜੀਕਲ ਸਬਸਟਾਂਸ ਹੈ ਵੀ ਮੈਂ ਇਹਨੂੰ ਲਊਂਗਾ ਅਤੇ ਮੇਰਾ ਸਰੀਰ ਬਹੁਤ ਵਧੀਆ ਬਣ ਜੂਗਾ। ਸੋ ਇਹਦੇ ਉੱਤੇ ਵੀ ਮੈਂ ਜ਼ਰੂਰ ਚਾਹਾਂਗਾ ਤੁਸੀਂ ਸਾਡੇ ਸਰੋਤਿਆਂ ਨਾਲ ਆਪਣੀ ਗੱਲ ਸਾਂਝੀ ਕਰੋ ਵੀ ਵੇਟ ਗੇਨਰ ਲੈਣ ਦਾ ਕੋਈ ਫਾਇਦਾ, ਪਹਿਲੀ ਗੱਲ ਤਾਂ ਵੇਟ ਗੇਨਰ ਲੈਣ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ, ਅਤੇ ਦੂਜੀ ਗੱਲ ਜੇ ਉਹਨਾਂ ਨੇ ਲੈਣਾ ਵੀ ਹੈ ਤਾਂ ਉਹ ਕਿੰਨੇ ਹਾਈਲੀ ਐਡਵਾਂਸਡ ਟ੍ਰੇਨਿੰਗ 'ਚ ਹੋਣ ਵੀ ਉਹ ਉਸ ਟਾਈਮ ਸ਼ੁਰੂ ਕਰਨ। ਤੁਸੀਂ ਬਹੁਤ ਵਧੀਆ ਗੱਲ ਪਕੜੀ ਹੈ ਮਾਹੀ ਜੀ ਕਿ ਇਹ ਗੱਲ ਹਰ ਬੰਦਾ ਜੋ ਕਿ ਪਤਲਾ ਬੰਦਾ ਜਿਮ ਟ੍ਰੇਨਰ ਹਰ ਬੰਦੇ ਨੂੰ ਕਹਿੰਦਾ, ਹਲੇ ਵੀ ਕਹਿੰਦਾ, ਪਹਿਲਾਂ ਵੀ ਕਹਿੰਦਾ ਸੀ ਤੇ ਅੱਗੇ ਵੀ ਕਹਿੰਦਾ ਰਹੇਗਾ ਕਿ ਵੇਟ ਗੇਨਰ ਸ਼ੁਰੂ। ਤੇ ਵੇਟ ਗੇਨਰ ਮੇਰੇ ਹਿਸਾਬ ਨਾਲ ਵੇਸਟੇਜ ਆਫ ਮਨੀ ਹੈ। ਵੇਟ ਗੇਨਰ ਦੇ ਵਿੱਚ ਜੋ ਮੈਂ ਤੁਹਾਨੂੰ ਚੀਨੀ ਖਾਣ ਨੂੰ ਮਨਾ ਕੀਤਾ, ਉਸਦੇ ਵਿੱਚ ਫੋਕਸ ਹੀ ਕੈਲਰੀਜ ਤੇ ਚੀਨੀ ਤੇ ਕੀਤਾ ਹੋਇਆ ਜੋ ਕਿ ਅਨਹੈਲਦੀ ਚੀਜ਼ ਹੈ। ਨੋ ਡਾਊਟ ਪ੍ਰੋਟੀਨ ਤੁਹਾਨੂੰ ਉੱਥੇ ਡੱਬੇ ਤੇ ਲਿਖਿਆ ਹੁੰਦਾ ਹੈ ਇਨ 4 ਸਰਵਿੰਗਸ 54 ਗ੍ਰਾਮਸ, ਬਟ ਤੁਹਾਨੂੰ ਸ਼ੂਗਰ ਵਾਲੀ ਸੱਚਾਈ ਕਦੀ ਵੀ ਨਹੀਂ ਦੱਸਦਾ।
ਐਨੀ ਡੇ ਵੇਟ ਗੇਨਰ ਦੇ ਉੱਪਰ ਮੈਂ ਵੇ ਪ੍ਰੋਟੀਨ ਨੂੰ ਰੱਖਾਂਗਾ, ਬਟ ਇਨੀਸ਼ੀਅਲੀ ਉਹੀ ਮੈਂ ਜਿਵੇਂ ਤੁਹਾਨੂੰ ਗੱਲ ਕੀਤੀ ਹੈ ਕਿ 6 ਮੰਥਸ ਮੈਂ ਅਵੋਇਡ ਕਰਾਂਗਾ ਕਿ ਤੁਸੀਂ ਆਪਣੀ ਡਾਇਟ ਦੇ ਵਿੱਚ ਹੈਲਦੀ ਚੀਜ਼ਾਂ, ਓਟਸ, ਆਲੂ, ਬ੍ਰੈਡ, ਬਰਾਊਨ ਬ੍ਰੈਡ, ਮੈਦਾ, ਕਿਸੇ ਵੀ ਤਰ੍ਹਾਂ ਦਾ ਮੈਦਾ ਤੁਸੀਂ ਅਵੋਇਡ ਕਰੋ, ਤੁਸੀਂ ਵਾਈਟ ਰਾਈਸ ਤੋਂ ਹੌਲੀ ਹੌਲੀ ਬਰਾਊਨ ਰਾਈਸ ਤੇ ਆਓ, ਤੁਸੀਂ ਘਰ ਦੀ ਰੋਟੀ ਖਾਓ। ਮੈਂ ਕਦੀ ਵੀ ਲੋਕਾਂ ਨੂੰ ਲੱਗਦਾ ਰੋਟੀ ਖਾਣ ਨਾਲ ਇਹ ਹੁੰਦਾ ਹੈ, ਰੋਟੀ ਖਾਣ ਨਾਲ ਹੁੰਦਾ, ਰੋਟੀ ਬੇਸਿਕਲੀ ਕਾਰਬੋਹਾਈਡਰੇਟਸ ਹੈ, ਤੇ ਤੁਸੀਂ ਲਿਮਿਟ ਕਰਕੇ ਜੋ ਤੁਸੀਂ ਵੇਟ ਗੇਨ ਕਰਨਾ ਚਾਹੁੰਦੇ ਹੋ। ਮਾਹੀ ਜੀ, ਜੇ ਆਪਾਂ ਪਿਛਲੇ ਆਪਾਂ ਫੈਟ ਲੋਸ ਦੇ ਐਪੀਸੋਡ ਚ ਇਹ ਕਿਹਾ ਸੀਗਾ ਕਿ ਕਾਰਬੋਹਾਈਡਰੇਟਸ ਆਪਾਂ ਨੂੰ ਘਟਾਉਣੇ ਪੈਂਦੇ ਆ, ਰਾਈਟ? ਜੀ 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 ਜੀ। ਇਸ ਵਾਰ ਮੈਂ ਆਪਣੇ ਸਰੋਤਿਆਂ ਨੂੰ ਇਹੀ ਸਲਾਹ ਦੂੰਗਾ ਕਿ ਥੋੜੇ ਜਿਹੇ ਪਤਲੇ ਬੰਦਿਆਂ ਨੂੰ ਕਿ ਕਾਰਬੋਹਾਈਡਰੇਟਸ ਦੀ ਕੁਆਂਟਿਟੀ ਆਪਣੀ ਡਾਇਟ ਦੇ ਵਿੱਚ ਥੋੜੀ ਅਪ ਕਰੋ, ਕਿਉਂਕਿ ਕਾਰਬੋਹਾਈਡਰੇਟਸ ਹੀ ਤੁਹਾਡੇ ਵੇਟ, ਫੈਟ ਲੋਸ, ਵੇਟ ਲੋਸ, ਵੇਟ ਗੇਨ ਨੂੰ ਉਹੀ ਫੈਕਟਰ ਤੁਹਾਡਾ ਮੇਜਰਲੀ ਕੰਟਰੋਲ ਕਰਦਾ। ਤੇ ਜਿਹੜਾ ਤੁਹਾਡਾ ਪ੍ਰੋਟੀਨ ਹੁੰਦਾ, ਪ੍ਰੋਟੀਨ ਨੇ ਤੁਹਾਡੇ ਮਸਲ ਬਿਲਡਿੰਗ ਚ ਹੈਲਪ ਕਰਨੀ ਹੈ, ਜਿਸ ਤਰ੍ਹਾਂ ਤੁਹਾਡੀ ਸਟਰੈਂਥ ਇਨਕਰੀਜ਼ ਹੋਣੀ ਹੈ, ਜਿਸ ਤਰ੍ਹਾਂ ਤੁਹਾਡਾ ਸਾਰੇ ਬੋਡੀ ਦੇ ਵਿੱਚ ਮੈਟਾਬੋਲਿਕ ਪ੍ਰੋਸੈਸ ਹੈ ਉਹ ਚੱਲਣੇ ਹੈ, ਤੇ ਤੁਹਾਨੂੰ ਆਪਣੀ ਕਾਰਬਸ ਦੀ ਕੁਆਂਟਿਟੀ, ਜਿਹੜੀ ਰੋਟੀ ਹੋ ਗਈ, ਤੁਹਾਨੂੰ ਮੈਂ ਆਲੂ ਦੱਸ ਰਿਹਾ, ਤੁਹਾਨੂੰ ਮੈਂ ਬਰਾਊਨ ਬ੍ਰੈਡ ਦੱਸ ਰਿਹਾ, ਤੁਹਾਨੂੰ ਮੈਂ ਚਾਵਲ ਦੱਸ ਰਿਹਾ, ਤੁਸੀਂ ਇਹਨਾਂ ਚੀਜ਼ਾਂ ਤੇ ਫੋਕਸ ਕਰਕੇ ਵੇਟ ਗੇਨਰ ਤੋਂ ਜਿੰਨਾ ਦੂਰ ਹੋ ਸਕਦਾ ਰਹੋਗੇ, ਤਾਂ ਤੁਹਾਨੂੰ 6 ਮਹੀਨਿਆਂ ਦੇ ਵਿੱਚ ਤੁਹਾਡੀ ਇੱਕ ਨੈਚੁਰਲ ਸਟਰਕਚਰ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਬਣਨਾ ਸ਼ੁਰੂ ਹੋ ਜਾਏਗਾ, ਤੇ ਤੁਹਾਨੂੰ ਹਰ ਮਹੀਨੇ ਤੁਸੀਂ ਆਪਣਾ ਵੇਟ ਟਰੈਕ ਕਰੋਗੇ, ਤੁਹਾਨੂੰ ਵੇਟ ਇਨਕਰੀਜ਼ ਕਰਦਾ ਨਜ਼ਰ ਆਏਗਾ। ਜੀ, ਤੇ ਆਸ਼ੀਸ਼ ਜੀ, ਇੱਕ ਹੋਰ ਚੀਜ਼ ਜਿਹੜੀ ਸਾਡੇ ਸਰੋਤਿਆਂ ਦੇ ਮਨਾਂ ਵਿੱਚ ਜ਼ਰੂਰ ਹੋਊਗੀ ਕਿ ਯੂਟਿਊਬ 'ਤੇ ਬਹੁਤ ਵੀਡੀਓਜ਼ ਨੇ ਜਿਨ੍ਹਾਂ 'ਤੇ ਥੰਬਨੇਲ ਲੱਗਿਆ ਹੁੰਦਾ ਹਾਊ ਟੂ ਵੇਟ ਗੇਨ ਫਾਸਟ, ਹਾਊ ਟੂ ਗੇਨ ਵੇਟ ਫਾਸਟ, ਅਤੇ ਇਹ ਜੇ ਆਪਾਂ ਇੱਕ ਰੀਅਲਿਸਟਿਕ ਵਿਊ ਲਈਏ ਤਾਂ ਇੱਕ ਬੰਦੇ ਨੂੰ ਕਿੰਨਾ ਕੁ ਸਮਾਂ ਲੱਗ ਸਕਦਾ? ਕਿਉਂਕਿ ਜਿਹੜੀਆਂ ਯੂਟਿਊਬ 'ਤੇ ਜਿਹੜੀਆਂ ਬਹੁਤ ਜਿਹੜੀਆਂ ਵੀਡੀਓਜ਼ ਨੇ ਉਹ ਸਿਰਫ ਇੱਕ ਤਰ੍ਹਾਂ ਦੀਆਂ ਉਹ ਕਲਿੱਕ ਬੇਟਰਸ ਹੁੰਦੀਆਂ ਨੇ ਵੀ ਕੋਈ ਬੰਦਾ ਆ ਕੇ ਸਾਡੇ ਕਲਿੱਕ ਕਰੇ, ਪਰ ਜੇ ਆਪਾਂ ਰੀਅਲਿਸਟਿਕਲੀ ਦੇਖੀਏ ਤਾਂ ਕਿੰਨਾ ਕੁ ਜਿਹੜਾ ਟਾਈਮ ਲੱਗ ਜਾਂਦਾ ਇੱਕ ਬੰਦੇ ਨੂੰ, ਇੱਕ ਪਤਲੇ ਬੰਦੇ ਨੂੰ, ਇੱਕ ਸਕਿਨੀ ਗਾਏ ਨੂੰ ਵੇਟ ਗੇਨ ਕਰਨ 'ਚ, ਹੈਲਦੀ ਵੇਟ ਗੇਨ ਕਰਨ 'ਚ? ਹਾਂਜੀ ਮਾਹੀ ਜੀ, ਤੁਸੀਂ ਯੂਟਿਊਬ ਵਾਲੀ ਗੱਲ ਦੱਸੀ ਹੈ ਕਿ ਅੱਜ ਕੱਲ੍ਹ ਆਪਾਂ ਨੂੰ ਯੂਟਿਊਬ 'ਤੇ ਬਸ ਆਪਾਂ ਇਹ ਲਿਖਣਾ ਹੈ ਵੇਟ ਗੇਨ, ਤੁਹਾਨੂੰ ਵੀਡੀਓ ਸਾਹਮਣੇ ਆ ਜਾਏਗੀ, ਹਾਊ ਟੂ ਗੇਨ 5 kg ਇਨ 1 week, ਹਾਊ ਟੂ ਗੇਨ 10 kg ਇਨ 2 weeks। ਤੁਸੀਂ ਬਿਲਕੁਲ ਠੀਕ ਕਿਹਾ, ਦੋ ਆਰ ਐਕਚੁਲੀ ਕਲਿੱਕਬੇਟਸ ਹੈ, ਤਾਂ ਕਿ ਤੁਸੀਂ ਥੰਬਨੇਲ ਨੂੰ ਦੇਖ ਕੇ ਉਹ ਫੋਟੋ, ਜਿਵੇਂ ਇੱਕ ਬੰਦੇ ਦਾ ਬਹੁਤ ਪਤਲਾ ਹੁੰਦਾ, ਅਗਲੀ ਫੋਟੋ 'ਚ ਬਹੁਤ ਤਕੜਾ ਹੋਇਆ ਹੁੰਦਾ, ਜਦਕਿ ਉਹ 3 ਲੱਗੇ ਹੁੰਦੇ ਆ, ਤੇ ਉਹ ਫੋਟੋ ਦੇ ਵਿੱਚ 3 ਕਿਹਾ ਜਾਂਦਾ। ਬਿਲਕੁਲ ਬਿਲਕੁਲ, ਉਹ ਇੱਕ ਕਲਿੱਕ ਕਰਨ ਦਾ ਤਰੀਕਾ, ਉਹ ਤੁਸੀਂ ਬਿਲਕੁਲ ਠੀਕ ਕਹੀ ਗੱਲ। ਮੈਂ ਤੁਹਾਨੂੰ ਕਹਾਂਗਾ ਕਿ ਆਪਣੇ ਜਿਮ ਜਾਣ ਵਾਲਿਆਂ ਨੂੰ ਇੱਕ ਚੀਜ਼, ਜਿੰਨੀ ਜਲਦੀ ਤੁਸੀਂ ਜੋ ਮੈਂ ਚੀਜ਼ ਕੀਤੀ ਸੀਗੀ ਜਿਮ ਜਾਣ ਤੋਂ ਪਹਿਲਾਂ, ਕਦੀ ਵੀ ਰਿਜ਼ਲਟ ਮਾਇੰਡ ਵਿੱਚ ਰੱਖ ਕੇ ਜਿਮ ਨਾ ਜਾਓ। ਜਿਮ ਜਾਓ ਤੁਸੀਂ ਉਸ ਪ੍ਰੋਸੈਸ ਨੂੰ ਇੰਜੋਏ ਕਰਨ ਲਈ, ਉਹ ਆਪਣਾ ਐਕਸਰਸਾਈਜ਼ ਨੂੰ ਇੰਜੋਏ ਕਰਨ ਲਈ। ਆਪਾਂ ਦੇਖਦੇ ਹਾਂ ਮਾਹੀ ਜੀ ਕਿ ਜਿਹੜੇ ਨੌਜਵਾਨ ਹੈਗੇ ਆ ਉਹ ਜਿਮ ਜਾਂਦੇ ਆ, ਤੁਹਾਨੂੰ ਵੀ ਕਾਫੀ ਮਿਲਦੇ ਹੋਏਗੇ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹਰ 2-3 ਹਫ਼ਤੇ ਬਾਅਦ ਉਹ ਆਪਣਾ ਭਾਰ ਦੇਖਦੇ ਆ, ਆਪਣਾ ਆਪਣੀ ਮੈਜ਼ਰਮੈਂਟ ਦੇਖਦੇ ਆ, ਫਿਰ ਜਦ ਉਹਨਾਂ ਨੂੰ ਇੰਪਰੂਵਮੈਂਟ ਦਿਖਦੀ ਹੈ ਤਾਂ ਖੁਸ਼ ਹੁੰਦੇ ਆ, ਪਰ ਜਦ 2-3 ਹਫ਼ਤੇ ਬਾਅਦ ਕੁਛ ਇੰਪਰੂਵਮੈਂਟ ਨਹੀਂ ਦਿਖਦੀ, ਉਹ ਨਿਰਾਸ਼ ਹੋ ਕੇ ਫਿਰ ਉਹੀ ਪਾਰਟੀਆਂ ਵਿੱਚ ਜਾਂਦੇ, ਜਿਮ ਛੱਡ ਦਿੰਦੇ। ਇੱਕ ਰੀਅਲਿਸਟਿਕ ਟਾਈਮ ਮੇਰੇ ਹਿਸਾਬ ਨਾਲ ਤੁਸੀਂ ਘੱਟੋ ਘੱਟ 3-4 ਮਹੀਨੇ ਆਪਣੇ ਆਪ ਨੂੰ ਦੇਣਾ ਚਾਹੀਦਾ, 3-4 ਮਹੀਨੇ ਤੁਸੀਂ ਆਪਣੇ ਆਪ ਨੂੰ ਪੂਰੀ ਆਪਣੀ ਡੈਡੀਕੇਸ਼ਨ ਨਾਲ ਜਿਮ ਜਾਓ, ਆਪਣਾ ਅੱਛਾ ਖਾਣਾ ਖਾਓ, ਘਰ ਦਾ ਖਾਣਾ ਖਾਓ, ਤੁਸੀਂ ਐਗਸ ਖਾਣੇ ਆ ਐਗਸ ਖਾਓ, ਤੁਸੀਂ ਅੱਛੀ ਚੀਜ਼ਾਂ ਖਾਓ, ਤੁਹਾਨੂੰ ਬਹੁਤ ਅੱਛੀ ਡਾਇਟ ਪਲਾਨ ਤੁਹਾਨੂੰ ਮਿਲ ਜਾਏਗੇ। ਆਪਾਂ ਇਸ ਤੇ ਵੀਡੀਓ ਵੀ ਬਣਾ ਸਕਦੇ, ਆਪਣਾ ਪੋਡਕਾਸਟ ਵੀ ਕਰ ਸਕਦੇ ਹਾਂ ਮਾਹੀ ਜੀ, ਕਿ ਕਿਵੇਂ ਇੱਕ ਅੱਛੀ ਡਾਇਟ ਦੇ ਵਿੱਚ ਹੁੰਦਾ ਕੀ ਹੈ, ਇਸ ਦੇ ਵਾਸਤੇ ਉਹੀ ਅਲੱਗ ਟੌਪਿਕ ਸੀ, ਤੁਹਾਨੂੰ ਪਤਾ ਹੈ ਬਹੁਤ ਲੰਬਾ ਐਕਸਪਲੇਨ ਕਰਨ ਲਈ। ਬਿਲਕੁਲ, ਤਾਂ ਮੇਰੇ ਹਿਸਾਬ ਨਾਲ ਮਾਹੀ ਜੀ, ਇੱਕ 3-4 ਮਹੀਨੇ ਤੁਹਾਨੂੰ ਆਪਣੇ ਆਪ ਨੂੰ ਦੇਣੇ ਚਾਹੀਦੇ ਆ ਜਿਮ ਦੇ ਵਿੱਚ, ਜਿਸ ਤੁਸੀਂ ਡੈਡੀਕੇਸ਼ਨ ਨਾਲ ਤੁਸੀਂ ਆਪਣਾ ਪੂਰਾ ਰੈਗੂਲਰਲੀ ਜਿਮ ਜਾਓ ਜੀ। ਚੀਟ ਆਪਣੇ ਨਾਲ ਜ਼ਿਆਦਾ ਨਾ ਕਰੋ, ਮੈਂ ਨਹੀਂ ਕਹਿੰਦਾ ਤੁਸੀਂ ਟੋਟਲੀ ਬਾਹਰਲੀ ਦੁਨੀਆਂ ਨਾਲ ਕੱਟ ਆਫ ਕਰ ਦੋ, ਮਹੀਨੇ ਦੇ ਵਿੱਚ 1-2 ਚੀਟਸ ਤੁਹਾਨੂੰ ਤੁਹਾਡੀ ਮੋਟੀਵੇਸ਼ਨ ਹੀ ਹਾਈ ਕਰਨਗੇ, ਉਹ ਚੀਟਸ ਨੂੰ ਡਿਜ਼ਰਵ ਕਰੋ ਤੁਸੀਂ, ਬਿਲਕੁਲ ਇੰਨੀ ਮਿਹਨਤ ਜਿਮ ਦੇ ਵਿੱਚ ਤੁਸੀਂ ਕਰੋ ਜੀ। ਤੇ 3-4 ਮਹੀਨੇ ਮੇਰੇ ਹਿਸਾਬ ਨਾਲ ਤੁਹਾਨੂੰ ਦੇਣੇ ਚਾਹੀਦੇ ਆ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰਿਜ਼ਲਟ ਐਕਸਪੈਕਟ ਕਰਨ ਲਈ, ਹਲਕਾ ਜਿਹਾ ਹੋਵੇ, ਚਾਹੇ ਉਹ ਰਿਜ਼ਲਟ ਮਿਰਰ 'ਚ ਨਾ ਦਿਖੇ ਪਰ ਤੁਹਾਨੂੰ ਵੇਟ ਮਸ਼ੀਨ 'ਤੇ ਜ਼ਰੂਰ ਦਿਖੇਗਾ। ਜੀ ਜੀ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਅਤੇ ਅਖੀਰ ਵਿੱਚ ਸਾਡਾ ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅਖੀਰ ਵਿੱਚ ਆਸ਼ੀਸ਼ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਸਰੋਤਿਆਂ ਨੂੰ? ਮੈਂ ਇਹੀ ਕਹਿਣਾ ਚਾਹੂੰਗਾ ਕਿ ਤੁਹਾਨੂੰ ਜਿਹੜੇ ਵੀ ਜਿਮ ਟ੍ਰੇਨਰ ਤੁਹਾਨੂੰ ਕਹਿੰਦੇ ਆ ਸਾਡੇ ਤੋਂ ਵੇਟ ਗੇਨਰ ਲੈ ਲਓ ਸਪੈਸੀਫਿਕਲੀ, ਤੁਸੀਂ ਇਹਨਾਂ ਜਿਮ ਟ੍ਰੇਨਰ ਤੋਂ ਜਿੰਨੀ ਜਲਦੀ ਅਵੋਇਡ ਕਰ ਪਾਓਗੇ ਤੇ ਆਪਣੇ ਮਿਸ਼ਨ ਵੱਲ ਤੁਸੀਂ ਜਿੰਨਾ ਫੋਕਸ ਕਰ ਸਕਦੇ ਹੋ, ਤੁਹਾਡਾ ਵੇਟ ਗੇਨ ਹੈਗਾ ਉਹਨਾਂ ਤੁਹਾਡਾ ਫਾਇਦਾ ਹੋਏਗਾ। ਅੱਛਾ ਖਾਣਾ ਖਾਓ ਪਹਿਲੇ 6 ਮਹੀਨੇ, ਤੁਸੀਂ ਹੌਲੀ ਹੌਲੀ ਕਰਕੇ ਜਿਵੇਂ ਤੁਹਾਡਾ ਜਿਮ ਦੇ ਵਿੱਚ ਤੁਹਾਡਾ ਟਾਈਮ ਵਧੇਗਾ, ਤੁਹਾਡੀ ਡਾਇਟ ਇਨਟੇਕ
ਇਨਕਰੀਜ਼ ਹੋਏਗੀ, ਤੁਹਾਡੀ ਬੋਡੀ ਨੂੰ ਜ਼ਿਆਦਾ ਭੁੱਖ ਲੱਗੇਗੀ, ਤਾਂ ਤੁਸੀਂ ਜਿੰਨੀ ਜਲਦੀ ਉਹ ਚੀਜ਼ਾਂ ਤੋਂ ਅਡੈਪਟ ਕਰੋਗੇ, ਬਾਹਰਲੇ ਖਾਣੇ ਨੂੰ ਛੱਡ ਕੇ ਘਰ ਦੇ ਖਾਣੇ ਨਾਲ ਤੁਸੀਂ ਅਡੈਪਟ ਕਰੋਗੇ, ਅੱਛੀ ਚੀਜ਼ਾਂ ਤੁਹਾਨੂੰ ਹੌਲੀ ਹੌਲੀ ਆਪਣੇ ਆਪ ਤੁਹਾਡਾ ਖਾਣ ਨੂੰ ਦਿਲ ਕਰੇਗਾ, ਤੇ ਤੁਹਾਨੂੰ ਪਹਿਲੇ 6 months ਤੁਸੀਂ ਨੈਚੁਰਲੀ ਆਪਣਾ ਸਟਰਕਚਰ ਇੱਕ ਬਿਲਡ ਕਰੋ ਅੱਛੇ ਘਰ ਦੇ ਖਾਣੇ ਨਾਲ। ਉਸ ਤੋਂ ਬਾਅਦ ਤੁਸੀਂ ਇੱਕ ਐਡਵਾਂਸ ਲੈਵਲ ਚੀਜ਼ ਜਿਵੇਂ ਵੇ ਪ੍ਰੋਟੀਨ ਤੁਸੀਂ ਬਾਏ ਕਰ ਪਾਓਗੇ, ਕਿਉਂਕਿ ਵੇ ਪ੍ਰੋਟੀਨ ਤੁਹਾਨੂੰ ਹੈਲਪ ਹੀ ਕਰੇਗਾ ਤੁਹਾਡੀ ਪ੍ਰੋਟੀਨ ਰਿਕੁਆਇਰਮੈਂਟ ਪੂਰੀ ਕਰਨ ਲਈ, ਉਹ ਵੀ 6 months ਦੇ ਬਾਅਦ ਜਦ ਤੁਹਾਨੂੰ ਕਾਫੀ ਟਾਈਮ ਹੋ ਚੁੱਕਾ ਜਿਮ ਦੇ ਵਿੱਚ। ਤਾਂ ਤੁਹਾਨੂੰ ਸੁਜੈਸਟ ਇਹੀ ਕੀਤਾ ਜਾਏ ਕਿ ਬਾਹਰਲਾ ਖਾਣਾ ਜਿੰਨੀ ਜਲਦੀ ਬੰਦ ਕਰੋ, ਸ਼ੂਗਰ ਅਵੋਇਡ ਕਰੋ, ਘਰ ਦਾ ਖਾਣਾ ਖਾਓ, ਤੁਹਾਡਾ ਵੇਟ ਆਪ ਹੀ ਗੇਨ ਹੋਣਾ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੀ 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 ਜੀ, ਸ਼ੁਕਰੀਆ ਆਸ਼ੀਸ਼ ਮਹਾਜਨ ਜੀ ਸਾਡੇ ਰੇਡੀਓ ਜੀ ਪੰਜਾਬ ਦੇ ਪ੍ਰੋਗਰਾਮ ਫਿਟਨੈਸ ਫਰਾਈਡੇ 'ਚ ਲਗਾਤਾਰ ਸਾਡੇ ਨਾਲ ਜੁੜਨ ਲਈ, ਅਤੇ ਸਾਡੇ ਸਰੋਤਿਆਂ ਨੂੰ ਬਹੁਤ ਹੀ ਮਹੱਤਵਪੂਰਨ ਸਲਾਹਾਂ ਦੇਣ ਲਈ, ਇਸ ਜਿਹੜੇ ਵੀ ਉਹਨਾਂ ਦੇ ਪ੍ਰਸ਼ਨ ਨੇ ਉਹਨਾਂ ਦੇ ਜਵਾਬ ਦੇਣ ਲਈ, ਅਤੇ ਉਹਨਾਂ ਨੂੰ ਡੂੰਘੀ ਸਮਝ ਇਸ ਮਸਲੇ 'ਤੇ ਸਾਂਝੀ ਕਰਨ ਲਈ ਸਾਡੇ ਨਾਲ ਮਹਾਜਨ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਤੁਹਾਡਾ। ਅਤੇ ਹੁਣ ਸਾਨੂੰ ਦਿਓ ਇਜਾਜ਼ਤ ਜੀ, ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਦੇ ਨਾਲ, ਅਤੇ ਜੇਕਰ ਸਾਡੇ ਸਰੋਤੇ ਸਾਡੇ ਫਿਟਨੈਸ ਐਕਸਪਰਟ ਆਸ਼ੀਸ਼ ਮਹਾਜਨ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਤਾਂ ਉਹ ਸਾਨੂੰ ਈਮੇਲ ਕਰ ਸਕਦੇ ਨੇ। ਸਾਡਾ ਈਮੇਲ ਐਡਰੈਸ ਨੋਟ ਕਰ ਲਓ ਜੀ, radiogpunjab@gmail.com ਅਤੇ info@radiogpunjab.com। ਅਤੇ ਜੇਕਰ ਸਾਡੇ ਸਰੋਤੇ ਇਸ ਵੀਡੀਓ ਨੂੰ ਯੂਟਿਊਬ 'ਤੇ ਦੇਖ ਰਹੇ ਨੇ, ਇਸ ਪ੍ਰੋਗਰਾਮ ਨੂੰ ਯੂਟਿਊਬ 'ਤੇ ਸੁਣ ਰਹੇ ਨੇ, ਤਾਂ ਉਹ ਯੂਟਿਊਬ ਦੇ ਕਮੈਂਟ ਸੈਕਸ਼ਨ ਵਿੱਚ ਵੀ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਕੀ ਪ੍ਰਸ਼ਨ ਨੇ, ਉਹਨਾਂ ਦੇ ਮਨਾਂ ਵਿੱਚ ਕੀ ਜਿਹੜੇ ਪ੍ਰਸ਼ਨ ਨੇ ਫਿਟਨੈਸ ਬਾਰੇ। ਸੋ ਤੁਸੀਂ ਸੁਣਦੇ ਰਹੋ ਪੰਜਾਬੀਆਂ ਦੀ ਆਵਾਜ਼, ਰੇਡੀਓ ਜੀ ਪੰਜਾਬ। ਸਤਿ ਸ਼੍ਰੀ ਅਕਾਲ।